ਉਧਰ ਸਾਬਕਾ ਵਿਧਾਇਕ ਰਮਨਜੀਤ ਸਿੱਕੀ, ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ 'ਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਵੀ ਅੱਜ ਕਾਂਗਰਸ ਵੱਲੋਂ ਚੌਲਾ ਸਾਹਿਬ ਵਿਖੇ ਰੈਲੀ ਕਰਦੇ ਨਜ਼ਰ ਆਏ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਸਾਧਿਆ। ਸਿੱਕੀ ਨੇ ਇਸ ਮੌਕੇ ਕਿਹਾ ਕਿ ਦਿੱਲੀ ਗੁਰਦੁਆਰਾ ਸੀਸਗੰਜ ਸਾਹਿਬ ਦਾ ਪਿਆਓ ਟੁੱਟ ਗਿਆ, ਜਿਸ ਦੀ ਅਸੀਂ ਨਿੰਦਾ ਕਰਦੇ ਹਾਂ, ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਮੂੰਹ ਨਾ ਲਗਾਉਣ ਦੀ ਅਪੀਲ ਕੀਤੀ। ਇੱਥੇ ਬਾਦਲ ਪਰਿਵਾਰ ਆ ਜਾਂ ਮਜੀਠੀਆ ਪਰਿਵਾਰ ਆ ਜਾਂ ਕੋਈ ਹੋਰ ਜਿਹੜਾ ਬਿਲਕੁਲ ਨਜਾਇਜ਼ ਕਰਦਾ, ਇਹਨਾਂ ਨੂੰ ਪੰਜਾਬ ਛੱਡ ਕੇ ਭੱਜਣਾ ਪਊ ਔਰ ਇਹ ਜੇਲ੍ਹਾਂ ਦੇ ਵਿੱਚ ਸੜਨਗੇ। ਕੇਜਰੀਵਾਲ ਦੀ ਦੋਗਲੀ ਨੀਤੀ, ਮੇਰੀ ਬਠਿੰਡੇ ਲੱਗੀ ਸੀ ਡਿਊਟੀ, ਹੁਣ ਜੀ ਮੈਂ ਜਾ ਕੇ ਆਇਆ। ਇੱਕ ਪਾਸੇ ਪੰਜਾਬ 'ਚ ਕੇਜਰੀਵਾਲ ਕਹਿ ਰਿਹਾ ਕਿ ਪਾਣੀ ਪੰਜਾਬ ਨੂੰ ਰਹਿਣਾ ਚਾਹੀਦਾ, ਜਦੋਂ ਉਹ ਦਿੱਲੀ ਚੱਲ ਜਾਂਦਾ ਉਹ ਕਹਿੰਦਾ ਜੀ ਹਰਿਆਣੇ ਨੂੰ ਚਾਹੀਦਾ। ਹੁਣ ਇਹ ਦੋਗਲੀ ਨੀਤੀ ਕਿਵੇਂ ਲੋਕਾਂ ਦੇ ਵਿੱਚ ਜਾਗਰ ਹੋਜੂ? ਗੁਰੂ ਘਰ ਦੇ ਵਿੱਚ ਛਬੀਲ ਵਾਸਤੇ ਇੱਕ ਜਗ੍ਹਾ ਸੀ, ਉਹਨੂੰ ਉਹਨਾਂ ਨੇ ਢਾਤਾ। ਗੁਰੂ ਘਰ ਦੇ ਵਿੱਚ ਜਿਹੜੀ ਬਣਤਰ ਬਣੀ ਆ, ਇਹ ਸਿੱਖਾਂ ਦੇ ਅਤੈਸ਼ੀ ਕਿਵੇਂ ਹੋ ਸਕਦੇ ਆ? ਇਹ ਨਹੀਂ ਹੋ ਸਕਦੇ। ਇਹ ਇੱਕ ਮਕੌਠੀ ਚਿਹਰੇ ਆ, ਲੋਕਾਂ ਨੂੰ ਇਹ ਪਤਾ ਲੱਗ ਗਿਆ, ਲੋਕ ਇਹਨਾਂ ਦੇ ਕੋਈ ਵਿਸ਼ਵਾਸ ਨਹੀਂ ਕਰ ਰਿਹਾ। ਔਰ ਸਰਦਾਰ ਬਲਕਾਰ ਸਿੰਘ ਸਿੱਧੂ ਜਿਹੜੇ ਹੁਣ ਕਾਂਗਰਸ ਨੂੰ ਜੁਆਇਨ ਕੀਤੇ, ਪਹਿਲਾਂ ਆਮ ਆਦਮੀ 'ਚ ਰਹੇ ਆ, ਉਹਨਾਂ ਨੇ ਮੇਰੇ ਹਲਕੇ 'ਚ ਪ੍ਰੋਮਿਸ ਕੀਤਾ ਆ ਕੇ ਪਿੰਡੋ ਪਿੰਡ ਦੌਰੇ ਦੇਣੇ ਆ, ਪਿੰਡੋ ਪਿੰਡ ਜਾ ਕੇ ਇਹਨਾਂ ਦੀ ਅਸਲੀਅਤ ਜਿਹੜੀ ਉਹ ਦੱਸਣਗੇ। ਇਹ ਤਾਂ ਇੱਕ ਮੈਨੂੰ ਚੇਤੇ ਆਉਂਦਾ, ਕਹਿੰਦੇ ਨੱਥਾ ਸਿੰਘ ਐਂਡ ਪ੍ਰੇਮ ਸਿੰਘ ਬੋਥ ਆਰ ਦੀ ਸੇਮ ਥਿੰਗ, ਇਹ ਦੋਨੋਂ ਹੀ ਝੂਠੇ ਨੇ ਜੀ।